परदेसी वीकेंड शो थोड़ी सेवा दे विच मैं हाँ थोड़ा होस्ट सुखदेव थापर और स्टूडियो दे विच साथ दे रहे ने जी राजबीर हुणी। समा हो गया जी 7:35 ते साडे नाल जिहड़े जी संदीप हुणी भी पटियाला तो जुड़ चुके ने जी। पहला तां आपां उहनां दा करदे हां जी स्वागत। जी थैंक यू, बहुत शुक्रिया और सारिया नू मेरे वालों बहुत ही प्यार सतिकार भरी सत श्री अकाल जी। ते मैं उम्मीद कर दी हां सारे ठीक ठाक होणगे चढ़दी कला च। जी बिल्कुल, हुण असीं जिहड़ा जी पेश करांगे एक कहानी सेगमेंट और एक कहानी हुंदी है जी, और उस तो बाद फिर एक विरसे दा सवाल भी जिहड़े संदीप हुणी लैके आउंदे ने। ਸੋ ਤੁਸੀਂ ਜੁੜੇ ਰਹਿਣਾ, ਲੇਕਿਨ ਦੱਸ ਦਈਏ ਕਿ ਇਸ ਸੈਗਮੈਂਟ ਨੂੰ ਸਪਾਂਸਰ ਕੀਤਾ ਜਾ ਰਿਹਾ ਜੀ। ਜੀ ਇਸ ਸੈਗਮੈਂਟ ਨੂੰ ਸਪਾਂਸਰ ਕਰਨੇ ਪਾਪੂਲਰ ਕਿਚਨ ਵਾਲੇ। ਸੋ ਪਾਪੂਲਰ ਕਿਚਨ, ਜੇ ਤੁਸੀਂ ਆਪਣੇ ਘਰ ਦੇ ਵਿੱਚ ਨਵੀਂ ਕਿਚਨ ਬਣਾਉਣੀ ਹੈ ਜਾਂ ਫਿਰ ਪੁਰਾਣੀ ਕਿਚਨ ਨੂੰ ਅਪਗ੍ਰੇਡ ਕਰਾਉਣਾ ਤਾਂ ਫਿਰ 5-star ਰੇਟਡ ਪਾਪੂਲਰ ਕਿਚਨ ਵਾਲਿਆਂ ਨੂੰ ਜ਼ਰੂਰ ਕਾਲ ਕਰ ਲਿਓ 416-998-6428 ਤੇ ਇਹਨਾਂ ਨੂੰ ਕਾਲ ਕੀਤਾ ਜਾ ਸਕਦਾ। 3D ਡਿਜ਼ਾਈਨਿੰਗ ਵੀ ਤੁਹਾਨੂੰ ਕਰਕੇ ਦਿਖਾ ਦੇਣਗੇ ਕੰਪਿਊਟਰ ਤੇ, ਪਹਿਲਾਂ ਹੀ ਦਿਖਾ ਦੇਣਗੇ ਕਿ ਕਿਚਨ ਬਣਨ ਤੋਂ ਪਹਿਲਾਂ ਕਿਵੇਂ ਦੀ ਲੱਗਦੀ ਹੈ, ਤਾਂ ਕਿ ਜੇ ਤੁਸੀਂ ਕੁਝ ਚੇਂਜਸ ਕਰਨੀਆਂ ਨੇ, ਕਲਰ ਚੇਂਜ ਕਰਨਾ ਯੇ ਵੋ, ਤਾਂ ਪਹਿਲਾਂ ਹੀ ਕਰ ਸਕੋ, ਨਾ ਕਿ ਕਿਚਨ ਤਿਆਰ ਹੋਣ ਤੋਂ ਬਾਅਦ ਫਿਰ ਤੁਹਾਨੂੰ ਲੱਗੇ ਨਹੀਂ ਮੈਂ ਤਾਂ ਕਲਰ ਗਲਤ ਚੂਜ਼ ਕਰ ਲਿਆ। ਸੋ ਬਿਲਕੁਲ ਤੁਸੀਂ ਪਾਪੂਲਰ ਕਿਚਨ ਵਾਲਿਆਂ ਨੂੰ ਕਾਲ ਕਰ ਲਿਓ 416-998-6428। ਜੀ ਸੰਦੀਪ, ਔਰ ਇਸ ਤੋਂ ਪਹਿਲਾਂ ਵੀ ਇਹ ਦੱਸ ਦਈਏ ਕਿ ਕਲੋਜ਼ਡ ਆਰਗੇਨਾਈਜ਼ਰ ਵੱਲੋਂ ਵੀ ਜਿਹੜੇ ਇਹਨਾਂ ਵੱਲੋਂ ਬਹੁਤ ਹੀ ਵਧੀਆ ਜਿਹੜਾ ਬਣਾਇਆ ਜਾਂਦਾ ਹੈ। ਸੋ ਬਹੁਤ ਸਾਰਾ ਸਮਾਨ ਹੈ ਕਲੋਜ਼ਡ ਆਰਗੇਨਾਈਜ਼ਰ, ਤੁਸੀਂ ਤਿਆਰ ਕਰਾਉਣਾ ਵੁੱਡ ਵਰਕਿੰਗ ਦਾ ਕੋਈ ਵੀ ਕੰਮ ਕਰਾਉਣਾ ਤੇ ਪਾਪੂਲਰ ਕਿਚਨ 416-998-6428। ਤੇ ਨਾਲ ਹੀ ਦੱਸ ਦਾਂ ਕਿ ਮਾਸਟਰ ਕਲੀਜਨ ਡੀਪੂ ਵੀ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਜੀ। ਅਗਰ ਰੱਬ ਰੱਬ ਨਾ ਕਰੇ ਕਦੇ ਵੀ ਕਿਸੇ ਗੱਡੀ ਦਾ ਤੁਹਾਡੀ ਦਾ ਐਕਸੀਡੈਂਟ ਹੋ ਜਾਂਦਾ ਤਾਂ ਫਿਰ ਇੱਕੋ ਇੱਕ ਨੰਬਰ ਯਾਦ ਰੱਖਣਾ, ਹਰ ਤਰ੍ਹਾਂ ਦੀ ਸਰਵਿਸ ਦਿੰਦੇ ਨੇ, ਤੁਹਾਡੀ ਰੈਂਟਲ ਕਾਰ ਵੀ ਪ੍ਰਬੰਧ ਕਰਕੇ ਦੇਣਗੇ ਜੀ, ਤੇ ਇੰਸ਼ੋਰੈਂਸ ਕੰਪਨੀ ਨਾਲ ਵੀ ਡੀਲ ਕਰ ਲੈਣਗੇ। ਰਿਚੀ ਸਿੰਘ ਹੋਣੀ 416-625-1516, ਤੇ ਨਾਲ ਹੀ ਵੜੈਚ ਮੀਟ ਸ਼ਾਹਲੇ ਬੁਲੇਵਰਡ ਤੇ ਮਕਲਾਗਨ ਵਾਲੀ ਬ੍ਰਾਂਚ ਵੀ ਸਾਡੇ ਮੇਨ ਸਪੋਂਸਰਾਂ ਦੇ ਵਿੱਚੋਂ ਇੱਕ ਨੇ ਜੀ। ਦੇਰ ਰਾਤ ਤੱਕ ਖੁੱਲਦੇ ਨੇ, ਕਿਸੇ ਤਰ੍ਹਾਂ ਦਾ ਵੀ ਰਾਹ ਤੁਸੀਂ ਮੀਟ ਫਿਸ਼ ਲੈਣੀ ਹੈਗੀ ਹੈ ਜਾਂ ਫਿਰ ਤੁਸੀਂ ਜਿਹੜਾ ਜੀ ਕਹਿ ਲਓ ਭੋਜਨ ਲੈਣਾ ਹੈ ਤਿਆਰ ਕੀਤਾ ਹੋਇਆ, ਤਾਂ ਵੀ ਤੁਸੀਂ ਸੰਪਰਕ ਕਰ ਲਓ। ਰੀਆ ਮਨੀ ਐਕਸਚੇਂਜ ਵੀ ਇਹਨਾਂ ਵੱਲੋਂ ਸ਼ੁਰੂ ਕੀਤੀ ਗਈ ਆ, ਡਾਲਰ ਦਾ ਵੱਧ ਤੋਂ ਵੱਧ ਰੇਟ ਮਿਲਣਾ ਜੀ। ਦੁਨੀਆ ਦੇ ਕਿਸੇ ਹਿੱਸੇ 'ਚ ਵੀ ਤੁਸੀਂ ਪੈਸੇ ਭੇਜਣੇ ਨੇ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਤੇ ਨਾਲ ਕਹਿੰਦੇ ਆ ਕਿ ਅਸੀਂ ਜਦੋਂ ਤੁਸੀਂ ਪੈਸੇ ਭੇਜਣਾ ਵਾਂਗੇ ਫ੍ਰੀ ਤੁਹਾਨੂੰ ਜਿਹੜਾ ਜੀ ਅਸੀਂ ਗਰਮਾ ਗਰਮ ਸੂਪ ਜਾਂ ਫਿਰ ਮੱਛੀ ਖਿਲਾ ਕੇ ਭੇਜਾਂਗੇ 905-450-1792। ਲਓ ਜੀ ਆਪਣੇ ਰੇਡੀਓ ਦੇ ਵੋਲਿਊਮ ਕਰ ਲਓ ਅਪ ਤੇ ਫਿਰ ਹੋ ਜਾਓ ਹੁਣ ਇੱਕ ਮਨ ਤੇ ਇੱਕ ਚਿੱਤ, ਤੇ ਸੰਦੀਪ ਹੁਣੀ ਇੱਕ ਕਹਾਣੀ ਲੈ ਕੇ ਹੋ ਗਏ ਨੇ ਹਾਜ਼ਰ। ਜੀ ਸੰਦੀਪ ਜੀ, ਜੀ ਅੱਜ ਦੀ ਜਿਹੜੀ ਕਹਾਣੀ ਹੈ ਉਸਦਾ ਸਿਰਲੇਖ ਹੈ ਸ਼ਹਿਦ ਨਾਲੋਂ ਵੀ ਮਿੱਠੀ ਚਾਹ। ਸੋ ਪੇਸ਼ ਹੈ ਜੀ ਅੱਜ ਦੀ ਕਹਾਣੀ। ਉਹ ਦੋਵੇਂ ਉਸ ਵੇਲੇ ਤਕਰੀਬਨ 70 ਸਾਲ ਦੇ ਗੇੜ ਵਿੱਚ ਹੋਣਗੇ, ਬੇਔਲਾਦੇ ਸਨ। ਦੱਸਦੇ ਨੇ ਕਿ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧ ਵਿਚਾਲੀ ਦਗਾ ਦੇ ਗਿਆ। ਸਾਰਾ ਪਿੰਡ ਚਾਚਾ ਚਾਚੀ ਆ ਕੇ ਬੁਲਾਉਂਦਾ ਹੁੰਦਾ ਸੀ। ਹਰ ਰੋਜ਼ ਨਾਸ਼ਤੇ ਦੇ ਮਗਰੋਂ ਬਾਹਰ ਗਲੀ ਵਿੱਚ ਡਿਊੜੀ ਲਾ ਕੇ ਮੰਜਾ ਡੱਠ ਜਾਂਦਾ ਤੇ ਫਿਰ ਹਰੇਕ ਲੰਘਦੇ ਆਉਂਦੇ ਤੇ ਆਥਣ ਵੇਲੇ ਤੱਕ ਖੁਸ਼ੀਆਂ ਖੇੜਿਆਂ ਦੀ ਵਾਛੜ ਪੈਂਦੀ ਰਹਿੰਦੀ। ਦੋਵੇਂ ਕੋਲੋਂ ਲੰਘਦੇ ਨੂੰ ਧੱਕੇ ਨਾਲ ਹੀ ਕੋਲ ਬਿਠਾ ਲਿਆ ਕਰਦੇ। ਫਿਰ ਹਾਲ ਚਾਲ ਦੇ ਮਗਰੋਂ ਕਿੰਨੀ ਦੇਰ ਗੱਲਾਂ ਦਾ ਕਾਫਲਾ ਰਵਾਂ ਰਵੀ ਤੁਰਿਆ ਹੀ ਰਹਿੰਦਾ। ਅਗਲਾ ਵੀ ਘੜੀਆਂ ਪਲਾਂ ਦੇ ਵਿੱਚ ਆਪਣਾ ਢਿੱਡ ਫਰੋਲ, ਆਪਣੇ ਅੰਦਰ ਡੱਕਿਆ ਕਿੰਨਾ ਸਾਰਾ ਗੁਬਾਰ ਕੱਢ ਕੇ ਫੁੱਲਾਂ ਦੇ ਵਾਂਗ ਹੌਲਾ ਹੋ ਕੇ ਆਪਣੀ ਰਾਹੀ ਪੈਂਦਾ। ਇੱਕ ਵਾਰ ਇੰਜੀ ਮੈਨੂੰ ਵੀ ਕੋਲੋਂ ਲੰਘਦੇ ਜਾਂਦੇ ਨੂੰ ਚਾਚੇ ਹੁਰਾਂ ਵਾਜ ਮਾਰ ਕੋਲ ਬਿਠਾ ਲਿਆ। ਨਾਲ ਹੀ ਚੁੱਲ੍ਹੇ ਦੇ ਅੱਗੇ ਬੈਠੀ ਚਾਚੀ ਨੂੰ ਕਿਹਾ ਕਿ ਲਿਆ ਵੀ ਭਾਗਵਾਨ ਨੇ 2 ਕੱਪ ਚਾਹ ਹੀ ਬਣਾ ਲਿਆ। ਗੁੜ, ਸੌਂਫ ਤੇ ਅਦਰਕ ਵਾਲੀ ਚਾਹ ਦੀ ਫਰਮਾਇਸ਼ ਚਾਚਾ ਜੀ ਨੇ ਪਾ ਦਿੱਤੀ। ਮੇਰੇ ਬਹੁਤ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਧੱਕੇ ਨਾਲ ਚਾਹ ਪੀਣ ਦੇ ਲਈ ਬਿਠਾ ਹੀ ਲਿਆ। ਫਿਰ ਗੱਲਾਂ ਨੇ ਐਸਾ ਰੰਗ ਬੰਨਿਆ ਕਿ ਟਾਈਮ ਦਾ ਪਤਾ ਹੀ ਨਾ ਲੱਗਾ। ਕੁਝ ਚਿਰ ਮਗਰੋਂ ਮੁਸਕੁਰਾਹਟਾਂ ਖਿਲਾਰਦੀ ਚਾਚੀ ਚਾਹ ਦੇ 2 ਕੱਪ ਫੜੀ ਕੋਲ ਆ ਗਈ। ਹੈਂਡਲ ਵਾਲਾ ਕੱਪ ਮੈਨੂੰ ਫੜਾ ਦਿੱਤਾ ਤੇ ਟੁੱਟੇ ਹੈਂਡਲ ਵਾਲਾ ਚਾਚੇ ਵੱਲ ਨੂੰ ਕਰ ਦਿੱਤਾ। ਚਾਚੇ ਹੋਰਾਂ ਨੂੰ ਸ਼ਾਇਦ ਥੋੜੀ ਠੰਡੀ ਕਰਕੇ ਪੀਣ ਦੀ ਆਦਤ ਸੀ, ਸੋ ਉਹਨਾਂ ਆਪਣੀ ਵਾਲਾ ਕੱਪ ਪਾਸੇ ਰੱਖ ਦਿੱਤਾ ਤੇ ਗੱਲਾਂ ਵਾਲਾ ਸਿਲਸਿਲਾ ਮੁੜ ਅੱਗੇ ਤੋਰ ਲਿਆ। ਮੈਨੂੰ ਪਹਿਲਾਂ ਹੀ ਘੁੱਟ ਭਰਦੇ ਹੀ ਸੁੱਝ ਗਈ ਕਿ ਚਾਚੀ ਚਾਹ ਵਿੱਚ ਗੁੜ ਪਾਉਣਾ ਭੁੱਲ ਗਈ ਸੀ, ਪਰ ਜਾਣ ਕੇ ਦਰਜ ਹੀ ਵੱਟੀ ਰੱਖੀ ਤੇ ਹੌਲੀ ਹੌਲੀ ਫਿੱਕੀ ਚਾਹ ਦੇ ਘੁੱਟ ਭਰਦਾ ਹੋਇਆ
ਦੋਨਾਂ ਦੀਆਂ ਆਪਸ ਵਿੱਚ ਹੁੰਦੀਆਂ ਗੱਲਾਂ ਸੁਣਦਾ ਰਿਹਾ। ਘੜੀ ਕੁ ਮਗਰੋਂ ਚਾਚੇ ਨੇ ਆਪਣੀ ਵਾਲੀ ਦਾ ਪਹਿਲਾ ਘੁੱਟ ਭਰਿਆ। ਗੱਲਾਂ ਤੇ ਲਾਲੀ ਜਿਹੀ ਛਾ ਗਈ ਤੇ ਨਾਲ ਹੀ ਉੱਚੀ ਸਾਰੀ ਬੋਲ ਉੱਠਿਆ, ਵਾਹ ਵੀ ਵਾਹ ਰੇਸ਼ਮ ਕੁਰੇ, ਕਮਾਲ ਹੀ ਕਰਤੀ, ਸ਼ਹਿਦ ਨਾਲੋਂ ਵੀ ਮਿੱਠੀ ਚਾਹ ਬਣਾਈ ਏ ਅੱਜ, ਧਰਮ ਨਾਲ ਸਵਾਦ ਹੀ ਆ ਗਿਆ, ਜਿਉਂਦੀ ਵਾਸੀ ਰਹੇ, ਰੱਬ ਲੰਮੀਆਂ ਉਮਰਾਂ ਕਰੇ। ਮੈਂ ਕੋਲ ਬੈਠਾ ਫਿੱਕੀ ਚਾਹ ਦੇ ਘੁੱਟ ਭਰਦਾ ਹੋਇਆ ਸੋਚੀ ਜਾ ਰਿਹਾ ਸਾਂ ਕਿ ਇੱਕੋ ਪਤੀਲੇ ਵਿੱਚ ਬਣੀ ਹੋਈ ਚਾਹ ਦੇ ਦੋ ਵੱਖੋ ਵੱਖ ਕੱਪ, ਇੱਕ ਵਿੱਚ ਫਿੱਕਾ ਸ਼ਰਬਤ ਪਾਣੀ ਤੇ ਦੂਜੀ ਵਿੱਚ ਸ਼ਹਿਦ ਨਾਲੋਂ ਵੀ ਮਿੱਠੀ ਚਾਹ, ਇਹ ਕੌਤਕ ਕਿੱਦਾਂ ਵਰਤ ਗਿਆ। ਫਿਰ ਦੂਜੇ ਹੀ ਪਲ ਖਿਆਲ ਆਇਆ ਕਿ ਚੁੱਲ੍ਹੇ ਕੋਲੋਂ ਦੋ ਕੱਪ ਲੈ ਕੇ ਸਾਡੇ ਵੱਲੋਂ ਤੁਰੀ ਆਉਂਦੀ ਚਾਚੀ ਦੀ ਇੱਕ ਉਂਗਲ ਚਾਚੇ ਵਾਲੇ ਕੱਪ ਵਿੱਚ ਡੁੱਬੀ ਹੋਈ ਸੀ। ਸ਼ਹਿਦ ਵਰਗੀ ਮਿਠਾਸ ਸ਼ਾਇਦ ਉਸੇ ਉਂਗਲ ਦੇ ਪੋਟੇ ਰਾਹੀਂ ਕੱਪ ਵਿੱਚ ਘੁਲ ਗਈ ਹੋਵੇਗੀ। ਸੋ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ। ਤੇ ਦੋਸਤੋ, ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਕਿਸੇ ਦੀ ਸਿਫਤ ਭਰੀ ਸਭਾ ਦੇ ਵਿੱਚ ਖਲੋ ਕੇ ਕਿੰਨੇ ਬੰਦਿਆਂ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਕੀਤੀ ਜਾਂਦੀ ਸੀ ਕਿ ਕਿਸੇ ਦਾ ਨੁਕਸ ਗਿਣਾਉਣ ਵੇਲੇ ਉਸਨੂੰ ਭੀੜ ਤੋਂ ਵੱਖ ਕਰਕੇ ਅੰਦਰ ਵਾੜ ਅੰਦਰੋਂ ਕੁੰਡਾ ਮਾਰ ਲਿਆ ਜਾਂਦਾ ਸੀ ਤਾਂ ਕਿ ਹੁੰਦੀ ਗੱਲਬਾਤ ਕਿਸੇ ਤੀਜੇ ਦੇ ਕੰਨੀ ਨਾ ਪੈ ਜਾਵੇ। ਧੰਨਵਾਦ ਜੀ, ਬਹੁਤ ਵਧੀਆ, ਬਹੁਤ ਇੰਟਰਸਟਿੰਗ ਕਹਾਣੀ ਕਹੂੰਗਾ ਜਿਹੜਾ ਤੁਸੀਂ ਸੁਣਾਈ ਆ। ਸੋ ਵਾਕਈ ਜਿਹੜਾ ਆਣ ਕੇ ਬੈਠਾ ਸੀਗਾ ਤੇ ਜਿਹੜੀ ਕਹਾਣੀ ਸੀਗੀ ਤੇ ਖੰਡ ਜਿਹੜੀ ਹੈ ਜੀ ਉਂਗਲੀ ਡਬੋਣ ਦੇ ਨਾਲ ਹੀ ਪੈ ਗਈ। ਪਰ ਜਿਹੜੀ ਐਕਚੁਅਲ ਕਹਾਣੀ ਦੇ ਵਿੱਚ ਇਹ ਆ ਕਿ ਜਦੋਂ ਤੀਸਰਾ ਬੰਦਾ ਬੈਠਾ ਹੋਇਆ ਤੇ ਆਪਣੇ ਲਾਈਫ ਪਾਰਟਨਰ ਦੀ ਰਿਸਪੈਕਟ ਦੇਖੋ 70 ਸਾਲ ਦਾ ਜੋੜਾ ਹੈ। ਸੋ ਅੱਜ ਵੀ ਜਦੋਂ ਆਪਾਂ ਕਿਸੇ ਬੰਦਿਆਂ ਦੇ ਵਿੱਚ ਬੈਠੇ ਹੈਗੇ ਆ ਤੇ ਇੱਕ ਦੂਜੇ ਦੀ ਰਿਸਪੈਕਟ ਕਰਨੀ ਕਿੰਨਾ ਵਧੀਆ ਉਹ ਬਣਦਾ ਗੱਲਬਾਤ ਦੇ ਵਿੱਚ, ਹੈ ਨਾ ਜੀ। ਸੋ ਕੀ ਸੋਚਦੇ ਹੋ? ਬਿਲਕੁਲ ਸੁਦੇਵ, ਜਿਹੜੀ ਇਹਨਾਂ ਨੇ ਕਹਾਣੀ ਸੁਣਾਈ, ਪਹਿਲੀ ਗੱਲ ਤਾਂ ਹਮੇਸ਼ਾ ਹੀ ਸੰਦੀਪ ਦੀ ਪੇਸ਼ਕਸ਼ ਬਹੁਤ ਵਧੀਆ ਹੁੰਦੀ ਹੈ। ਤੇ ਬਾਕੀ ਕਹਿੰਦੇ ਸੀਗੇ ਕਹਾਣੀ ਦਾ ਸਿਰਲੇਖ ਹੀ ਜਿਹੜਾ ਆ ਸੁਣ ਕੇ ਐਕਸਾਈਟਮੈਂਟ ਆਉਂਦੀ ਆ ਕਿ ਕੀ ਹੋਊਗਾ ਕਹਾਣੀ ਦੇ ਵਿੱਚ। ਸ਼ਹਿਦ ਨਾਲ ਵੀ ਮਿੱਠੀ ਚਾਹ ਹੈ, ਸੋ ਮਿੱਠੀ ਤਾਂ ਆਪੇ ਹੀ ਬਣ ਜਾਂਦੀ ਹੈ ਕਈ ਵਾਰੀ, ਜਿਹੜਾ ਆ ਉਹਦੇ ਚ ਕੀ ਕਮੀਆਂ ਨੇ, ਇਨਸਾਨ ਦੇ ਵਿੱਚ ਕੀ ਕਮੀਆਂ ਨੇ ਇਹ ਮੈਟਰ ਨਹੀਂ ਕਰਦਾ। ਪਰ ਪਿਆਰ ਹੀ ਇੰਨਾ ਜ਼ਿਆਦਾ ਹੁੰਦਾ, ਰਿਸਪੈਕਟ ਜਦੋਂ ਇੰਨੀ ਹੁੰਦੀ ਹੈ, ਸੋ ਉਹ ਬੰਦਾ ਆਪਣੇ ਆਪ ਹੀ ਹੌਲੀ ਹੌਲੀ ਉਹਦੇ ਵਾਸਤੇ ਢਲ ਜਾਂਦਾ ਆ। ਸੱਚੀ ਗੱਲ ਆ, ਰਾਈਟ? ਸੋ ਬਿਲਕੁਲ, ਰਿਲੇਸ਼ਨਸ਼ਿਪ ਦੇ ਵਿੱਚ ਇੱਦਾਂ ਦਾ ਜ਼ਰੂਰ ਜਿਹੜਾ ਆ ਉਹ ਇੱਕ ਦੂਜੇ ਨਾਲ ਇਤਫਾਕ ਹੋਣਾ ਚਾਹੀਦਾ ਆ ਕਿ ਕਿਸੇ ਦੇ ਸਾਹਮਣੇ ਉਹਨੂੰ ਕੋਈ ਵੀ ਗੱਲ ਜਿਹੜੀ ਆ ਵੱਧ ਘੱਟ ਨਹੀਂ ਕਹਿਣੀ, ਪੜਨ ਦੀ ਕਦੀ ਵੀ ਹੇਠੀ ਨਹੀਂ ਕਰਨੀ ਚਾਹੀਦੀ। ਬਿਲਕੁਲ ਜੀ। ਸੋ ਸੰਦੀਪ, ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ। ਸੋ ਅਗਰ ਤੁਹਾਨੂੰ ਲੱਗਦਾ ਵੀ ਆ ਵੀ ਕਿਤੇ ਕੋਈ ਕਮੀ ਪੇਸ਼ੀ ਆ ਤਾਂ ਅਸੀਂ ਬਿਲਕੁਲ ਇੱਕ ਸਾਈਡ ਤੇ ਵੱਖ ਕਰਕੇ ਥੋੜਾ ਸਾਈਡ ਤੇ ਲਿਜਾ ਕੇ ਉਹਨਾਂ ਕਮੀਆਂ ਨੂੰ ਜਿਹੜਾ ਦੱਸਿਆ ਜਾ ਸਕਦਾ, ਬਜਾਏ ਸਭ ਦੇ ਸਾਹਮਣੇ ਨੁਕਸ ਕੱਢਣਾ ਜਾਂ ਬੁਰਾ ਭਲਾ ਕਹਿਣਾ। ਸੋ ਉਹ ਚੰਗੀ ਗੱਲ ਨਹੀਂ ਹੁੰਦੀ, ਬਲਕਿ ਕਿਸੇ ਤੀਜੇ ਦੇ ਕੰਨੀ ਕੋਈ ਗੱਲ ਜਿਹੜੀ ਆ ਉਹ ਨਾ ਪਵੇ। ਸੋ ਇਹੀ ਮੇਰੇ ਖਿਆਲ ਨਾਲ ਕਹਾਣੀ ਦਾ ਵੀ ਕਿਤੇ ਨਾ ਕਿਤੇ ਜਿਹੜਾ ਸਾਰ ਹੈ ਉਹ ਤੱਤ ਹੈ ਉਹ ਨਿਕਲਦਾ ਹੈ। ਤੁਸੀਂ ਬਹੁਤ ਸੋਹਣਾ ਇਸ ਦਾ ਜਿਹੜਾ ਹੈਗਾ ਦੱਸ ਹੀ ਦਿੱਤਾ ਸਾਰੇ ਸੁਣਨ ਵਾਲਿਆਂ ਨੂੰ। ਬਾਕੀ ਸੁਣਨ ਵਾਲੇ ਸਾਡੇ ਕੀ ਸੋਚਦੇ ਨੇ ਇਸ ਕਹਾਣੀ ਦੇ ਬਾਰੇ, ਇਸ ਗੱਲਬਾਤ ਤੇ, ਉਹ ਕੀ ਕਹਿਣਗੇ, ਅਸੀਂ ਉਹਨਾਂ ਦਾ ਇੰਤਜ਼ਾਰ ਕਰਾਂਗੇ। ਤੇ ਨਾਲ ਹੀ ਨਾਲ ਸਾਡੇ ਅੱਜ ਦੇ ਵਿਰਸੇ ਦਾ ਸਵਾਲ ਵੀ ਅਸੀਂ ਸਰੋਤਿਆਂ ਨੂੰ ਦੱਸ ਦਈਏ ਜੀ। ਸੋ ਸ਼ਾਹ ਹੁਸੈਨ ਹੋਏ ਨੇ ਜੀ, ਬਹੁਤ ਵਧੀਆ ਸੂਫੀ ਕਵੀ ਹੋਏ ਨੇ, ਉਹਨਾਂ ਦੀਆਂ ਦੋ ਸਤਰਾਂ ਨੇ, ਉਹਨਾਂ ਦੇ ਵਿੱਚ ਹੀ ਸਾਡਾ ਇੱਕ ਸਵਾਲ ਛੁਪਿਆ ਹੋਇਆ। ਉਹ ਲਿਖਦੇ ਨੇ ਕਿ ਇਸ਼ਕੇ ਦੀ ਸਿਰ ਖਾਰੀ ਚਾਹੀਆਂ, ਇਸ਼ਕੇ ਦੀ ਸਿਰ ਖਾਰੀ ਚਾਹੀਆਂ, ਦਰ ਦਰ ਦੇਨੀਆਂ ਹੋਕਾ ਵੇ ਲੋਕਾ, ਕਹੇ ਹੁਸੈਨ ਫਕੀਰ ਸਾਈਂ ਦਾ, ਲੱਦਾ ਹੀ ਪ੍ਰੇਮ ਚ ਰੋਖਾ ਵੇ ਲੋਕਾ। ਇਹਨਾਂ ਸਤਰਾਂ ਦੇ ਵਿੱਚ ਸ਼ਬਦ ਆਇਆ ਜੀ ਖਾਰੀ। ਸੋ ਅਸੀਂ ਜਾਣਨਾ ਚਾਹੁੰਦੇ ਹਾਂ ਸਾਡੇ ਸਰੋਤਿਆਂ ਕੋਲੋਂ ਕਿ ਖਾਰੀ ਤੋਂ ਕੀ ਭਾਵ ਹੈ। ਇੱਕ ਵਾਰੀ ਰਿਪੀਟ ਕਰ ਦਿਓ ਜੀ ਇਹ ਸਤਰਾਂ ਨੂੰ। ਇਸ਼ਕੇ ਦੀ ਸਿਰ ਖਾਰੀ ਚਾਹੀਆਂ, ਦਰ ਦਰ ਦੇਨੀਆਂ ਹੋਕਾ ਵੇ ਲੋਕਾ, ਕਹੇ ਹੁਸੈਨ ਫਕੀਰ ਸਾਈਂ ਦਾ, ਲੱਦਾ ਹੀ ਪ੍ਰੇਮ ਚ ਰੋਖਾ ਵੇ ਲੋਕਾ।
ਲਓ ਜੀ, ਖਾਰੀ ਸ਼ਬਦ ਆਇਆ। ਸੋ ਖਾਰੀ ਸ਼ਬਦ ਦਾ ਕੀ ਮਤਲਬ ਹੈ, ਇਹ ਸਵਾਲ ਅੱਜ ਸੰਦੀਪ ਉਹਨਾਂ ਨੇ ਪਾ ਦਿੱਤਾ ਜੀ ਤੁਹਾਡੇ ਵਾਸਤੇ, ਤੇ ਤੁਸੀਂ ਜਿਹੜਾ ਜੀ ਇਹਦਾ ਮਤਲਬ ਜਿਹੜਾ ਦੱਸਣਾ ਵੀ ਇਹ ਖਾਰੀ ਸ਼ਬਦ ਦਾ ਕੀ ਅਰਥ ਹੈ। ਔਰ 905-601-1350 ਸਾਡੇ ਸਟੂਡੀਓ ਦੇ ਨੰਬਰ ਨੇ ਜੀ। ਔਖਾ ਲੱਗ ਰਿਹਾ ਰਾਜਵੀਰ? ਮੈਨੂੰ, ਮੈਂ ਪਹਿਲਾਂ ਕਦੇ ਨਹੀਂ ਸੁਣਿਆ ਇਹ। ਬਿਲਕੁਲ, ਮੈਨੂੰ ਇੱਕੋ ਖਾਰੀ ਦਾ ਪਤਾ ਹੈ, ਖਾਰਾ, ਜਿਹੜਾ ਖਾਰਾ ਖਾਰੀ ਵਾਲਾ। ਉਸ ਤੋਂ ਇਲਾਵਾ ਮੈਂ ਕੋਈ ਖਾਰੀ ਵਰਡ ਸੁਣਿਆ ਨਹੀਂ ਹੈਗਾ। ਬਾਕੀ ਉਹ ਤਾਂ ਹੁਣ ਆਪਾਂ ਐਂਡ ਤੋਂ ਸੰਦੀਪ ਤੇ ਪੁੱਛਾਂਗੇ, ਬਟ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਜੀ, ਖਾਰੀ ਇਸ ਜਿਹੜੀਆਂ ਸੰਦੀਪ ਨੇ ਆਪਾਂ ਨੂੰ ਕੁਝ ਤੁੱਕਾ ਚੜਾਈਆਂ ਨੇ। ਲਾਈਨ ਹੈ ਜੀ ਸੰਦੀਪ, ਇੱਕ ਵਾਰ ਫੇਰ ਰਿਪੀਟ ਕਰ ਦਿਓ, ਮੈਂ ਲਿਖ ਲਵਾਂ। ਹਾਂਜੀ ਜ਼ਰੂਰ ਜੀ। ਸ਼ਾਹ ਹੁਸੈਨ ਕਵੀ ਨੇ, ਤੇ ਉਹਨਾਂ ਨੇ ਇਹ 17 ਜਿਹੜੀਆਂ ਨੇ ਉਹ ਲਿਖੀਆਂ ਨੇ। ਇੱਕ ਪੰਜਾਬੀ ਦੀ ਪੁਸਤਕ ਹੈ ਜੀ, ਸਾਹਿਤ ਮਾਲਾ, ਤੇ ਇਹ ਆਪਾਂ ਨੂੰ 10ਵੀਂ ਜਮਾਤ ਦੇ ਵਿੱਚ ਇਹ ਜਿਹੜੀ ਪੁਸਤਕ ਹੈ ਤੇ ਉਹਦੇ ਵਿੱਚ ਇਹ ਜਿਹੜੀਆਂ 17 ਨੇ ਪੇਸ਼ ਕੀਤੀਆਂ ਗਈਆਂ ਨੇ ਕਿ ਇਸ਼ਕੇ ਦੀ ਸਿਰ ਖਾਰੀ ਚਾਈਆਂ, ਇਸ਼ਕੇ ਦੀ ਸਿਰ ਖਾਰੀ ਚਾਈਆਂ, ਖਾਰੀ ਚਾਈਆਂ, ਦਰਦਰ ਦੇਨੀਆਂ ਹੋਕਾ ਵੇ ਲੋਕਾ, ਕਹੇ ਹੁਸੈਨ ਫਕੀਰ ਸਾਈ ਦਾ, ਲੱਦਾ ਹੀ ਪ੍ਰੇਮ ਚਰੋਖਾ ਵੇ ਲੋਕਾ। ਜਿਹੜਾ ਤੁਸੀਂ ਸਿਰ ਖਾਰੀ ਕਿਹਾ, ਸਿਰ ਵੱਖਰਾ ਤੇ ਖਾਰੀ ਵੱਖਰਾ, ਬਿਲਕੁਲ ਇਹ ਦੋਨੋਂ ਵੱਖਰੇ ਵੱਖਰੇ ਸ਼ਬਦ ਨੇ। ਸੋ ਆਪਣਾ ਜਿਹੜਾ ਸ਼ਬਦ ਹੈ ਖਾਰੀ ਹੈ, ਇਹ ਬਹੁਤ ਸਾਰੇ ਸਰੋਤਿਆਂ ਨੇ ਦੇਖਿਆ ਹੋਊਗਾ, ਜਿੱਦਾਂ ਰਾਜਵੀਰ ਜੀ ਤੁਸੀਂ ਦੱਸ ਰਹੇ ਸੀਗੇ ਕਿ ਮੈਨੂੰ ਨਹੀਂ ਪਤਾ ਇਹਦੇ ਬਾਰੇ, ਤੁਸੀਂ ਦੇਖਿਆ ਜ਼ਰੂਰ ਹੋਊਗਾ। ਮੈਨੂੰ ਇਹ ਲੱਗਦਾ ਕਿ ਹੋ ਸਕਦਾ ਕਿ ਕਈ ਵਾਰੀ ਬਿਲਕੁਲ ਉਸ ਸ਼ਬਦ ਦੇ ਬਾਰੇ ਪਤਾ ਨਹੀਂ ਹੈ ਵੀ ਉਹਨੂੰ ਕਹਿੰਦੇ ਕੀ ਨੇ, ਪਰ ਇਹ ਹੋ ਸਕਦਾ ਵੀ ਤੁਸੀਂ ਦੇਖਿਆ ਜ਼ਰੂਰ ਹੋਵੇ। ਸੋ ਖਾਰੀ ਇਹ ਬਹੁਤ ਸਾਰੇ ਸਰੋਤਿਆਂ ਨੂੰ ਪਤਾ ਹੋਊਗਾ ਜੀ। ਸੋ ਮੈਂ ਉਡੀਕ ਕਰ ਰਹੀ ਹਾਂ ਕਿ ਜਲਦੀ ਨਾਲ ਜਵਾਬ ਆ ਜੇ ਸਾਡੇ ਕੋਲ। 9056011350 ਤੇ ਖਾਰੀ ਦਾ ਮਤਲਬ ਤੁਸੀਂ ਦੱਸਣਾ ਆ ਸਾਡੇ ਨਾਲ। ਇੱਕ ਕਾਲਰ ਨੇ ਗਏ, ਉਹਨਾਂ ਨੂੰ ਪਹਿਲਾਂ ਪੁੱਛ ਲੈਂਦੇ ਆ ਤੇ ਸ਼ਾਇਦ ਉਹਨਾਂ ਨੂੰ ਮਤਲਬ ਪਤਾ ਹੋਵੇ। ਬਟ ਅੱਜ ਬਹੁਤ ਸਾਰੀਆਂ ਕਾਲਸ ਨਹੀਂ ਆ ਰਹੀਆਂ, ਸ਼ਾਇਦ ਨਹੀਂ ਮਤਲਬ ਪਤਾ, ਸਾਰੇ ਮੇਰੇ ਵਰਗੇ ਨੇਗੇ। ਬਟ ਜ਼ਰੂਰ ਟਰਾਈ ਕਰ ਲਓ, ਯੂ ਨੈਵਰ ਨੋ ਖਾਰੀ ਦਾ ਮਤਲਬ ਕੀ ਹੁੰਦਾ। ਸੋ 4878 ਹਾਂਜੀ, ਸਤਿ ਸ੍ਰੀ ਅਕਾਲ ਰਾਜਦੀਪ, ਸੁਖਦੇਵ ਤੇ ਸੰਦੀਪ ਜੀ। ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਪਾਲ ਸ਼ਰਮਾ ਬੋਲ ਰਿਹਾ ਨਿਊਜ਼ ਐਕਟ ਤੋਂ ਜੀ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਜੋ ਕਹਾਣੀ ਸੰਦੀਪ ਜੀ ਸੁਣਾ ਕੇ ਗਏ ਆ ਤੇ ਇਹ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਆ। ਇਹ ਤੋਂ ਇੱਕ ਆਪਸੀ ਪਿਆਰ ਇਹ ਦਰਸਾਉਂਦਾ ਵੀ ਇੱਕ ਦੂਸਰੇ ਦੀਆਂ ਕਮੀਆਂ ਨੂੰ ਵੀ ਕਿੱਦਾਂ ਆਪਾਂ ਮਤਲਬ ਢੱਕ ਸਕਦੇ ਆ। ਕਮੀਆਂ ਵੀ ਨਹੀਂ ਕਿਹਾ ਜਾ ਸਕਦਾ, ਜਦੋਂ ਕਹਿਣ ਦਾ ਮਤਲਬ ਵੀ ਇੱਕ ਦੂਸਰੇ ਦੇ ਵਿੱਚ ਮੈਂ ਤੀਵੀਂ ਆਦਮੀ ਦੇ ਵਿੱਚ ਜੋ ਕੁਝ ਵੀ ਵਾਪਰਦਾ ਤੇ ਉਹ ਦੂਸਰਿਆਂ ਦੇ ਸਾਹਮਣੇ ਉਹਨੂੰ ਨਾ ਸ਼ੋਅ ਕੀਤਾ ਜਾਵੇ, ਇਹਦੇ ਕਹਾਣੀ ਬਹੁਤ ਵੱਡਾ ਮੈਸੇਜ ਛੱਡਦੀ ਆ ਜੀ। ਤੇ ਦੂਸਰਾ ਤੁਸੀਂ ਸਵਾਲ ਪੁੱਛਿਆ ਸੀ ਖਾਰੀ ਤੋਂ ਕੀ ਭਾਵ ਆ ਜੀ। ਖਾਰੀ ਤੋਂ ਭਾਵ ਹੁੰਦਾ ਕਿਸੇ ਚੀਜ਼ ਤੇ ਆ, ਜਿੱਦਾਂ ਆਪਾਂ ਕਹਿੰਦੇ ਨਾ ਵੀ ਕਿਹੜੇ ਉਹ ਭੂਤ ਸਵਾਰ ਹੋ ਗਿਆ, ਉਹ ਸਿਰ ਚੜ੍ਹ ਕੇ ਬੋਲਣਾ ਉਹ ਚੀਜ਼ ਦਾ, ਉਹਨੂੰ ਇਹ ਕਿਹਾ ਜਾਂਦਾ ਵੀ ਉਹ ਖਾਰੀ, ਇਸ਼ਕ ਦੀ ਖਾਰੀ। ਤੇ ਉੱਥੇ ਜਿੱਦਾਂ ਮਤਲਬ ਕਹਿ ਲਓ ਵੀ ਇਸ਼ਕ ਦਾ ਇਹਦਾ ਭੂਤ ਸਵਾਰ ਹੋ ਜਾਣਾ ਕਿਸੇ ਚੀਜ਼ ਦਾ, ਕੋਈ ਚੀਜ਼ ਸਿਰ ਚੜ੍ਹ ਕੇ ਬੋਲਣੀ ਉਹਨੂੰ ਮਤਲਬ ਤਾਏ ਲਫ਼ ਹਾਂਜੀ ਤਾਏ ਲਫ਼ਜ਼ ਵਰਤਿਆ ਜਾਂਦਾ ਜੀ। ਬਹੁਤ ਸ਼ੁਕਰੀਆ, ਲੈ ਠੀਕ ਹੈ, ਅੱਗੇ ਜਾ ਕੇ ਸ਼ਰਮਾ ਜੀ ਕੀ ਅਰਥ ਕੱਢਦੇ ਨੇ ਆਪਣੇ ਸੰਦੀਪ ਹੁਣੀ, ਤੇ ਧੰਨਵਾਦ ਤੁਹਾਡੀ ਕਾਲ ਵਾਸਤੇ। ਨਿਊ ਇੰਡੀਆ ਕਰੀ ਮਹਿਲ ਦਾ ਮੈਂ ਨੰਬਰ ਦੱਸਦਾ ਜੀ, 905-400-5475 ਵੀਕਐਂਡ ਆ ਜੀ, ਤੁਸੀਂ ਫੂਡ ਆਰਡਰ ਕਰਨਾ ਜਾਂ ਵੀਕ ਡੇ 'ਚ ਵੀ ਕਰਨਾ ਜੀ। ਅਤੇ 80 ਪਟੋਸਾ ਡਰਾਈਵ ਦੇ ਉੱਤੇ ਹੈਗੇ ਨੇ, ਵਿਲੀਅਮ ਅਤੇ ਚਿੰਕੂ ਜੀ ਦਾ ਜਿਹੜਾ ਇੰਟਰਸੈਕਸ਼ਨ ਆ ਜਿੱਥੇ ਪਲਾਜ਼ਾ ਜੀ ਉਹਦੇ ਬਿਲਕੁਲ ਵਿੱਚ ਨੇ, ਵੱਡਾ ਸਾਰਾ ਸਾਈਨ ਬੋਰਡ ਤੁਹਾਨੂੰ ਨਿਊ ਇੰਡੀਆ ਕਰੀ ਮਹਿਲ ਦਾ ਦੇਖਣ ਨੂੰ ਮਿਲ ਜਾਣਾ ਹੈ। 905-400-5475 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਿਓ ਜੀ। ਮੈਟਰੋ ਕਾਊਂਟਰ ਟੋਪ ਇੰਕ, ਸੋ ਇਹਨਾਂ ਦੀ ਆਪਣੀ ਫੈਕਟਰੀ ਹੈਗੀ ਆ, ਹੋਲਸੇਲ ਪ੍ਰਾਈਸ ਦੇ ਉੱਤੇ ਤੁਸੀਂ ਕਾਊਂਟਰ ਟੋਪ ਲਵਾਉਣੇ ਨੇ ਜੀ, ਗ੍ਰੇਨਾਈਟ ਕੁਆਰਟਸ ਦੇ ਉੱਤੇ ਵਾਈਡ ਰੇਂਜ ਆਫ ਕਲਰ ਕਲੈਕਸ਼ਨ ਤੁਹਾਨੂੰ ਮਿਲ ਜਾਣੀ ਹੈ ਜੀ। ਵਾਸ਼ਰੂਮ ਬਣਾਉਣਾ, ਕਿਚਨ ਬਣਾਉਣੇ ਨੇ, ਜਾਂ ਤੁਸੀਂ ਆਪਣਾ ਕੋਈ ਨਵਾਂ ਆਫਿਸ ਬਣਾਉਣਾ ਹੈ ਜੀ, ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਿਓ। ਖੁਦ ਇੰਸਟਾਲਰ ਨੇ ਜੀ, ਬਹੁਤ ਰੀਜਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜੀ ਹੈ ਸਰਵਿਸ ਦੇਣਗੇ। ਬਿੱਟੂ ਧਾਲੀਵਾਲ ਜਾਂ ਫਿਰ ਗੁਰਵਿੰਦਰ ਬਾਜਵਾ ਜੀ, ਉਹਨਾਂ ਦਾ ਨੰਬਰ 647-5332-84 ਲੈਂਦੇ ਹਾਂ ਜੀ। ਆਪਣੇ ਨੈਕਸਟ ਕਾਲ, ਜਤਿੰਦਰ ਆਂਟੀ ਸਵਾਗਤ ਜੀ। ਹਾਂਜੀ ਸਤਿ ਸ੍ਰੀ ਅਕਾਲ ਬੇਟਾ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਬੇਟੇ ਜੀ। ਹਾਂਜੀ, ਤੇ ਇਹ ਜਿਹੜੀ ਕਹਾਣੀ ਸੁਣਾਈ ਹੈ ਬਹੁਤ ਵਧੀਆ, ਕਿਉਂਕਿ ਕਈ ਵਾਰੀ ਜੇ ਆਪਾਂ ਮਿੱਠਾ ਨਹੀਂ ਵੀ ਪਾਉਂਦੇ ਨਾ, ਤੇ ਜਿਹੜੀ ਆਪਾਂ ਪਿਆਰ ਨਾਲ ਕਿਸੇ ਨੂੰ ਚੀਜ਼ ਬਣਾ ਕੇ ਦਿੰਦੇ ਹਾਂ, ਉਹ ਸਾਰਾ ਕੁਛ ਉਹਦੇ ਵਿੱਚ ਸਭ ਕੁਛ ਭੁੱਲ ਜਾਂਦਾ। ਖੀਰ ਸਮਾਨ ਸਾਗ ਮੈਂ ਪਾਇਆ ਹਨਾ, ਗੁਣਗਾਵਤ ਰਿਆ ਨਿਵਿਹਾਨੀ ਹੈ, ਤੇ ਉਹਦੇ ਉਹ ਜਿਹੜਾ ਇਹ ਗੱਲ ਸ਼ਬਦਾਂ ਨਾਲ ਹੀ ਮਿੱਠੀ ਹੋ ਜਾਂਦੀ ਹੈ।
ਤੇ ਜਿਹੜੀ ਤੁਸੀਂ ਪੁੱਛੀ ਹੈ ਨਾ ਖਾਰੀ, ਉਹ ਹੈਗੀ ਹੈ ਟੋਕਰੀ। ਅੱਛਾ, ਖਾਰੀ ਤੁਸੀਂ ਟੋਕਰੀ ਕਹਿ ਰਹੇ ਹੋ। ਹਾਂਜੀ, ਟੋਕਰੀ ਹੁੰਦੀ ਹੈ, ਖਾਰੀ ਚੁੱਕ ਕੇ ਹੋਕਾ ਦਿੰਦੇ ਆ, ਟੋਕਰੀ ਚੁੱਕ ਕੇ ਹੋਕਾ ਦਿੰਦੇ ਆ। ਤੇ ਮੈਂ ਕਹਿੰਦੀ ਹਾਂ ਵੀ ਟੋਕਰੀ ਹੋਊਗਾ, ਤੇ ਬਾਕੀ ਸੰਦੀਪ ਕੌਰ ਦੱਸ ਦੇਣਗੇ ਬੇਟਾ ਜੀ। ਜੀ ਬਿਲਕੁਲ, ਆਪਾਂ ਸੰਦੀਪ ਤੋਂ ਪੁੱਛਾਂਗੇ। ਸਤਿ ਸ਼੍ਰੀ ਅਕਾਲ ਆਂਟੀ, ਥੈਂਕ ਯੂ ਸੋ ਮਚ। ਹਾਂਜੀ, ਨਾਲੇ ਇੱਕ ਬੇਟੇ ਗੱਲ ਸੁਣੋ ਜੀ, ਆਪਾਂ ਭਾਵੇਂ ਵੀਕਡੇਜ਼ 'ਚ ਭਾਵੇਂ ਜਾਣ ਲੱਗੇ ਨਾ, ਹੁਣ ਜਿਹੜਾ ਸੀ ਨਾ ਉਹ ਇਹ ਮਾਲਿਕ ਤੇਰੇ ਬੰਦੇ ਹਮ, ਇੱਕ ਦੋ ਲਾਈਨਾਂ ਜ਼ਰੂਰ ਸੁਣਾ ਕੇ ਦੇਣ ਜਾਣਾ ਹੈ ਨਾ। ਜੀ ਠੀਕ ਹੈ, ਜ਼ਰੂਰ। ਹਾਂਜੀ, ਤੇ ਭਾਵੇਂ ਵੀਕਡੇਜ਼ 'ਚ ਸੁਣਾ, ਹਾਂਜੀ ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ ਆਂਟੀ, ਬਿਲਕੁਲ ਸੁਣਾਵਾਂਗੇ ਤੁਹਾਡੇ ਲਈ। ਥੈਂਕ ਯੂ ਬੇਟਾ ਜੀ। ਬੜੀਆਂ ਸਾਰੀਆਂ ਕਾਲਸ ਆ ਰਹੀਆਂ ਸੀ, ਨਵੇਂ ਨਵੇਂ ਕਾਲਰਸ ਕਾਲ ਕਰ ਰਹੇ ਸੀਗੇ, ਲਾਈਨਾਂ ਡ੍ਰੌਪ ਹੋ ਗਈਆਂ ਨੇ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਲਾਈਨਾਂ ਖਾਲੀ ਨੇਗੀਆਂ, ਸਿਰਫ ਇੱਕ ਲਾਈਨ ਬਿਜ਼ੀ ਹੈ ਇਸ ਵੇਲੇ। 905-600-1350-905-601-1350 ਸਾਡੇ ਸਟੂਡੀਓ ਦੇ ਨੰਬਰ ਨੇ, ਸੋ ਤਿੰਨ ਲਾਈਨਾਂ ਖਾਲੀ ਨੇ, ਤੁਸੀਂ ਕਾਲ ਕਰ ਸਕਦੇ ਹੋ। ਸੋ ਕੁਇਕਲੀ ਕੁਇਕਲੀ ਆਪਣੇ ਆਨਸਰ, ਅਤੇ ਫਿਰ ਆਪਾਂ ਅਗਲੀ ਸੈਗਮੈਂਟ ਵੱਲ ਨੂੰ ਵਧਣਾ ਆ। ਮੰਡ ਤੁਹਾਡੀ ਆਈਡੀ ਆਉਂਦੀ ਹੈ ਜੀ, ਕੀ ਕਹਿਣਾ ਚਾਹੁੰਦੇ ਹੋ? ਗੁਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਕਹਾਣੀ ਵਧੀਆ ਸੀ, ਇੱਕ ਮਾਣ ਰੱਖਣ ਵਾਲੀ ਗੱਲ ਹੁੰਦੀ ਹੈ, ਕਈ ਵਾਰੀ ਸਬਜ਼ੀ 'ਚ ਲੂਣ ਹੀ ਨਹੀਂ ਪਾਇਆ ਹੁੰਦਾ, ਕਹਿਣਾ ਵੀ ਹਾਂ ਤਾਂ ਬਹੁਤ ਵਧੀਆ, ਭੁੱਲ ਜਾਂਦੇ ਆ ਲੂਣ ਪਾਉਣਾ, ਜਾਂ ਐਕਸਟਰਾ ਪੈ ਜਾਣਾ, ਕਹਿਣਾ ਕਰੇ ਮੈਂ ਪਾਇਆ ਨਹੀਂ, ਹੋਰ ਪਾ ਦਿੰਦੇ ਆ ਜੀ। ਬਹੁਤ ਵਧੀਆ ਕਹਾਣੀ ਆ ਜੀ, ਤੇ ਖਾਸ ਤੌਰ ਤੇ ਤੀਜਾ ਬੰਦਾ ਜਦੋਂ ਬੈਠਾ ਹੋਵੇ ਉਦੋਂ ਤਾਂ ਬਿਲਕੁਲ ਵੀ ਫਿਰ ਜਿਹੜਾ ਜੀ ਇੱਕ ਦੂਜੇ ਦੀ ਨੁਕਤਾਚੀਨੀ ਕਰਦੇ ਵੈਸੇ ਨਹੀਂ ਚੰਗੇ ਲੱਗਦੇ, ਇੱਜ਼ਤ ਰੱਖਣ ਵਾਲੀ ਗੱਲ ਹੁੰਦੀ। ਜੀ ਜੀ, ਤੇ ਜਿਹੜੀ ਖਾਰੀ ਆ ਇਹ ਕਿਸੇ ਚੀਜ਼ ਦਾ ਵੋਲੀਅਮ ਹੁੰਦਾ, ਜਿੱਦਾਂ ਖੂਹ ਆ ਉਹਦੇ ਵਿੱਚ ਪਾਣੀ ਆ, ਉਹਦਾ ਵੋਲੀਅਮ ਨੂੰ ਖਾਰੀ ਕਿਹਾ ਗਿਆ ਜੀ। ਅੱਛਾ ਜੀ, ਸਾਰੇ ਸਾਰੇ ਆਨਸਰ ਵੱਖਰੇ ਆ ਰਹੇ ਨੇ ਅੱਜ, ਇੱਕ ਵੀ ਆਨਸਰ ਨਾਲ ਦਾ ਨਹੀਂ ਹੈਗਾ। ਚਲੋ ਆਪਾਂ ਸੰਦੀਪ ਤੋਂ ਪੁੱਛਾਂਗੇ ਜੀ, ਬਹੁਤ ਸ਼ੁਕਰੀਆ, ਥੈਂਕ ਯੂ, ਧੰਨਵਾਦ ਤੁਹਾਡੀ ਕਾਲ ਵਾਸਤੇ। ਨੈਕਸਟ ਕਾਲ ਲੈ ਲਈਏ ਜੀ, 0457। ਜੀ ਸਤਿ ਸ਼੍ਰੀ ਅਕਾਲ ਅੰਕਲ, ਕਹਾਣੀ ਵੀ ਬਹੁਤ ਸੋਹਣੀ ਸੀ ਜੀ, ਉਹਦੇ ਵਿੱਚ ਇੰਨਾ ਹੁੰਦਾ ਵੀ ਦੂਜੇ ਨੂੰ ਪਤਾ ਨਾ ਲੱਗੇ ਵੀ ਸਾਡੀ ਆਪਸ ਵਿੱਚ ਕੀ ਮਤਲਬ ਪ੍ਰਾਈਵੇਟ ਹੈ, ਵੀ ਇੱਜ਼ਤ ਰੱਖਣੀ ਘਰ ਦੀ ਜੀ। ਤੇ ਬਾਕੀ ਹੈਗਾ ਜਿਹੜੀ ਖਾਰੀ ਹੈ, ਇਹ ਖਾਰੀ ਵਾਲਾ ਆ ਗਿਆ ਕਹਿੰਦੇ ਹੁੰਦੇ ਵੀ ਜਿਹੜਾ ਸਬਜ਼ੀ ਸੁਬਜ਼ੀ ਵੇਚਣ ਵਾਲਾ ਜਾਂ ਛੋਟਾ ਮੋਟੋ ਕੜੀਆਂ ਵੇਚਣ ਵਾਲੀਆਂ ਆਉਂਦੀਆਂ ਜੀ, ਖਾਰੀ ਉਹਦੇ ਕਹਿੰਦੇ ਜਿਹਦੇ ਸਮਾਨ ਰੱਖ ਕੇ ਵੇਚਦੇ, ਜਿਹਦੇ ਚ ਚੂੜੀਆਂ ਚਾੜੀਆਂ ਰੱਖ ਕੇ ਵੇਚਦੇ ਆ ਉਹਨੂੰ ਖਾਰੀ ਕਹਿੰਦੇ ਨੇ ਕਹਿੰਦੇ। ਠੀਕ ਹੈ ਅੰਕਲ, ਥੈਂਕ ਯੂ, ਆਪਾਂ ਸੰਦੀਪ ਤੋਂ ਅੱਗੇ ਜਾ ਕੇ ਪੁੱਛਦੇ ਹਾਂ ਕੀ ਸਹੀ ਜਵਾਬ ਹੈ ਇਹਦਾ। ਬਹੁਤ ਸ਼ੁਕਰੀਆ, ਧੰਨਵਾਦ ਸਾਡਾ। ਅਗਲੀ ਕਾਲ ਜਾਣ ਤੋਂ ਪਹਿਲਾਂ ਨਮਸਕਾਰ, ਫੂਡ ਐਂਡ ਮੀਟ ਸ਼ੌਪ ਦਾ ਮੈਂ ਨੰਬਰ ਦੱਸਦਾ ਜੀ, 299-769-1288, 965 ਬਵੇ ਡਰਾਈਵ ਵੈਸਟ, ਵੈਜੀਟੇਬਲ ਥਾਲੀ ਜਿਹੜੀ ਹੈ ਜੀ ਸਪੈਸ਼ਲ ਲਾਈ ਹੋਈ ਮੈਨਿਊ ਦੇ ਵਿੱਚ, $7.50 ਦੀ ਹੈ, ਔਰ ਨੋਨ ਵੈਜੀ ਥਾਲੀ ਜਿਹੜੀ ਹੈ ਜੀ $8 ਦੀ। ਸੋ ਤੁਸੀਂ ਇੱਥੋਂ ਮੈਰੀਨੇਟਿਡ ਚਿਕਨ ਲੈਣਾ, ਗੋਟ ਲੈਣਾ ਆ ਜੀ, ਜਾਂ ਫਿਰ ਤੁਸੀਂ ਕਿਸੇ ਤਰ੍ਹਾਂ ਦੇ ਵੀ ਪਕੌੜੇ, ਪਨੀਰ ਪਕੌੜਾ, ਫਿਸ਼ ਪਕੌੜਾ, ਹਰ ਕੋਈ ਚੀਜ਼ ਤੁਹਾਨੂੰ ਮਿਲ ਜਾਣੀ ਆ। ਲੈਲਾ ਮਜਨੂੰ ਕਬਾਬ ਬਹੁਤ ਸਪੈਸ਼ਲ ਇਹਨਾਂ ਦੇ। ਸੋ 299-769-1288, 299-769-1288 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਆਪਾਂ ਲੈਣਾ ਨੈਕਸਟ ਕਾਲ। 5410 ਤੁਹਾਡਾ ਨੰਬਰ ਹੈ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਅੱਛਾ, ਮੈਂ ਕੰਮ ਸ਼ੁਰੂ ਕਰਨਾ ਜੀ, ਮੈਂ ਤੁਹਾਡੇ ਕਾਲ ਹੋਲਡ ਕਰੀ ਬੈਠਾ। ਅੱਛਾ, ਖਾਰੀ ਦਾ ਇਹ ਮਤਲਬ ਹੈ ਜੀ, ਖਾਰੀ ਤਾਂ ਸਾਰੇ ਆਪਣੇ ਪਿੰਡਾਂ 'ਚ ਲੋਕ ਜਾਣਦੇ ਹੀ ਆ, ਅੰਕਲ ਜੀ ਨੇ ਮੇਰਾ ਆਨਸਰ ਦੇ ਹੀ ਦਿੱਤਾ। ਖਾਰੀ ਉਹ ਕਹਿੰਦੇ ਵੀ ਜਿਹੜੀ ਚੀਜ਼ ਆਪਾਂ ਲੋਕ ਜਦੋਂ ਪਿੰਡਾਂ 'ਚ ਸਬਜ਼ੀ ਵੇਚਣ ਆਉਂਦੇ ਸੀ ਨਾ, ਟੋਕਰੀ 'ਚ ਲੈ ਕੇ ਜਾਂ ਮਤਲਬ ਸਾਈਕਲ ਦੇ ਪਿੱਛੇ ਰੱਖ ਕੇ, ਆਪਾਂ ਬੁੜੀਆਂ ਆਮ ਹੀ ਕਹਿ ਦਿੰਦੇ ਸੀ ਖਾਰੀ ਵਾਲਾ ਆ ਗਿਆ, ਬਾਹਰ ਸਬਜ਼ੀ ਲੈ ਲਓ ਜਾਂ ਕੋਈ ਚੀਜ਼ ਲੈ ਲਓ, ਉਹਨੂੰ ਖਾਰੀ ਕਹਿੰਦੇ ਆ। ਉਹ ਤਦੇ ਉਹ ਕਹਿੰਦੇ ਆ ਨਾ ਵੀ ਜਦੋਂ ਉਹਨੇ ਸਾਹਿਬ ਸ਼ਾਹ ਨੇ ਕਿਹਾ ਸਿਰ ਤੇ ਚੱਕੀ ਮੈਂ ਖਾਰੀ, ਖਾਰੀ ਵਿੱਚ ਹੋਕਾ ਦਿੰਨੀ ਆ, ਮਤਲਬ ਹੋਕਾ ਦੇ ਰਹੀ ਆ, ਮਤਲਬ ਉਹ ਖਾਰੀ ਉਸ ਚੀਜ਼ ਨੂੰ ਕਿਹਾ ਵਾ ਵੀ ਸਿਰ ਤੇ ਚੱਕ ਕੇ, ਕੋਈ ਸਿਰ ਤੇ ਚੱਕ ਕੇ ਦਿੰਦਾ ਸੀਗਾ ਪਿੰਡ 'ਚ ਅੱਗੇ ਪੁਰਾਣੇ ਜ਼ਮਾਨੇ 'ਚ, ਕੋਈ ਸਾਈਕਲ ਦੇ ਪਿੱਛੇ ਟੋਕਰੀ ਰੱਖ ਕੇ ਸਰ ਵੇਚਣ ਆਉਂਦਾ ਸੀ ਚੀਜ਼ਾਂ, ਸਬਜ਼ੀ ਵੀ ਹੋ ਜਾਂਦੀ ਸੀ ਉਹ 'ਚ, ਹੋਰ ਚੀਜ਼ਾਂ ਵੀ ਹੋ ਜਾਂਦੀ ਸੀ, ਉਹਨੂੰ ਖਾਰੀ ਵਾਲਾ ਕਹਿੰਦੇ ਸੀ। ਬੜੇ ਸਾਰੇ ਜਵਾਬ ਆਏ ਨੇ, ਬਹੁਤ ਸ਼ੁਕਰੀਆ, ਧੰਨਵਾਦ ਸਾਰੇ ਕਾਲਰ ਦਾ। ਤੇ ਇੱਕ ਵਾਰੀ ਮੈਂ ਤੁਹਾਨੂੰ ਜਸ ਭੁੱਲਰ ਉਹਨਾਂ ਦਾ ਨੰਬਰ ਦੇ ਦੇਵਾਂ, ਤੁਸੀਂ ਮੋਰਗੇਜ ਦੀ ਭਾਲ ਦੇ ਵਿੱਚੋਂ, ਚਾਹੇ ਉਹ ਕਮਰਸ਼ੀਅਲ ਮੋਰਗੇਜ ਜਾਂ ਫਿਰ ਰੈਜ਼ੀਡੈਂਸ਼ੀਅਲ ਮੋਰਗੇਜ ਆ, ਤਾਂ ਇਹਨਾਂ ਦਾ ਨੰਬਰ ਤੁਸੀਂ ਲਿਖ ਕੇ ਰੱਖ ਲਓ, ਕਿਉਂਕਿ ਇਹਨਾਂ ਦੀ ਲੋੜ ਤਾਂ ਤੁਹਾਨੂੰ ਪੈਣੀ ਪੈਣੀ ਹੈ। 416-732-2611, 416-732-2611 ਜਿਹੜਾ ਜਸ ਭੁੱਲਰ ਉਹਨਾਂ ਦਾ ਨੰਬਰ ਹੈ। ਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਤੋਂ ਤੁਸੀਂ ਟੈਕਸ ਦੀਆਂ ਸੇਵਾਵਾਂ ਲੈਣੀਆਂ ਨੇ, ਤਾਂ ਫਿਰ 905-451-1414, 905-451-1414 ਤੋਂ ਤੁਸੀਂ ਟੈਕਸ ਦੀਆਂ ਸੇਵਾਵਾਂ
ਲੈ ਸਕਦੇ ਹੋ। ਸਟੀਫਨ ਫਰਨੀਚਰ ਵਾਲਿਆਂ ਦੀ ਵੈਬਸਾਈਟ ਜਿਹੜੀ ਹੈ ਉਹ ਆਨਲਾਈਨ ਹੋ ਗਈ ਹੈ, ਤੁਸੀਂ ਕੋਈ ਵੀ ਫਰਨੀਚਰ ਖਰੀਦਣਾ ਚਾਹੁੰਦੇ ਹੋ ਤਾਂ ਫਿਰ ਸਟੀਫਨ ਫਰਨੀਚਰ ਲਿਮਿਟਡ .com ਤੇ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਨਾਲ ਦੀ ਨਾਲ ਫਰਨੀਚਰ ਵੀ ਆਨਲਾਈਨ ਆਰਡਰ ਕਰ ਸਕਦੇ ਹੋ। ਤੇ ਇਹ ਕੂਲਿੰਗ ਐਂਡ ਹੀਟਿੰਗ ਵਾਲਿਆਂ ਤੋਂ ਤੁਸੀਂ ਫਰਨੈਸ ਨਵੀਂ ਲਵਾਉਣੀ ਹੈ ਜਾਂ ਫਿਰ ਪੁਰਾਣੀ ਫਰਨੈਸ ਠੀਕ ਕਰਾਉਣੀ ਹੈ ਤਾਂ ਫਿਰ 416-803-8053 ਤੇ ਅਮਰੀਕ ਸੰਧੂ ਉਹਨਾਂ ਨੂੰ ਕਾਲ ਕੀਤਾ ਜਾ ਸਕਦਾ 416-803-8053 ਜੀ। ਇਹ ਡਿਕਸੀ ਟਰੱਕ ਐਂਡ ਫੋਰਕਲਿਫਟ ਡਰਾਈਵਿੰਗ ਸਕੂਲ ਤੋਂ ਤੁਸੀਂ AZ/DZ ਜਾਂ ਏਅਰ ਬ੍ਰੇਕ ਦਾ ਲਾਇਸੈਂਸ ਲੈਣਾ ਜਾਂ G2 ਜਾਂ G ਲਾਇਸੈਂਸ ਲੈਣਾ ਹੈਗਾ ਜੀ, ਜਾਂ ਫਿਰ ਤੁਸੀਂ ਇੰਸ਼ੋਰੈਂਸ ਦੇ ਵਿੱਚ ਜਿਹੜਾ ਜੀ ਇੱਕ ਆਨਲਾਈਨ ਜਿਹੜੀ ਆ ਉਹ ਸਰਟੀਫਿਕੇਟ ਟ੍ਰੇਨਿੰਗ ਦੇ ਕੇ ਦਿੰਦੇ ਨੇ, ਉਹਦੇ ਨਾਲ ਵੀ ਕਾਫੀ ਇੰਸ਼ੋਰੈਂਸ ਘੱਟ ਜਾਂਦੀ ਹੈ। 905-671-3633 905-671-3633 ਤੇ ਤੁਸੀਂ ਮਨਜੀਤ ਮਾਨ ਜਾਂ ਫਿਰ ਦਰਸ਼ਨ ਮਾਨ ਜੀ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਜੀ ਸੁਖਦੇਵ, ਹੁਣ ਸਾਨੂੰ ਇਹ ਆਪਣੀ ਸੈਗਮੈਂਟ ਰੈਪ ਅਪ ਕਰਨੀ ਪੈਣੀ ਹੈ ਕਿਉਂਕਿ ਸਟੇਸ਼ਨ ਆਈਡੀ ਦਾ ਵੀ ਸਮਾਂ ਹੋ ਗਿਆ। ਸੰਦੀਪ, ਰੈਪ ਅਪ ਕਰ ਲਓ ਇਹਨੂੰ ਤੇ ਜਵਾਬ ਦੇ ਦਿਓ ਤੁਸੀਂ। ਹਾਂਜੀ ਬਿਲਕੁਲ। ਸੋ ਖਾਰੀ ਦਾ ਜਿਹੜਾ ਭਾਵ ਹੈ, ਖਾਰੀ ਤੋਂ ਭਾਵ ਹੈ ਕਿ ਕਾਨਿਆਂ ਜਾਂ ਖਜੂਰ ਦੇ ਪੱਤਿਆਂ ਤੋਂ ਬਣੀ ਹੋਈ ਟੋਕਰੀ, ਜਿੱਦਾਂ ਸਾਡੇ ਸਰੋਤੇ ਦੱਸ ਕੇ ਗਏ ਸੀਗੇ। ਸੋ ਜਦੋਂ ਆਵਾਜਾਈ ਦੇ ਸਾਧਨ ਨਹੀਂ ਸੀ ਆਏ, ਸੋ ਉਸ ਸਮੇਂ ਫੇਰੀ ਵਾਲੇ ਆਉਂਦੇ ਹੁੰਦੇ ਸੀਗੇ, ਟੋਕਰੀ ਦੇ ਵਿੱਚ ਸਮਾਨ ਪਾ ਕੇ ਸਿਰ ਤੇ ਚੱਕ ਕੇ ਹੋਕਾ ਦਿੰਦੇ ਹੁੰਦੇ ਸੀ, ਲੋਕਾਂ ਦੇ ਘਰਾਂ ਤੱਕ ਸਮਾਨ ਵੇਚ ਕੇ ਆਉਂਦੇ ਹੁੰਦੇ ਸੀਗੇ। ਤੇ ਜੇ ਆਪਾਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤੇ ਉਹਦੇ ਵਿੱਚ ਲਾਵਾਂ ਤੋਂ ਪਹਿਲਾਂ ਮੁੰਡੇ ਜਾਂ ਕੁੜੀ ਨੂੰ ਖਾਰੀ ਜਾਂ ਖਾਰੇ ਉੱਤੇ ਬਿਠਾ ਕੇ ਵਟਣਾ ਮਲ ਕੇ ਇਸ਼ਨਾਨ ਕਰਾਇਆ ਜਾਂਦਾ ਹੁੰਦਾ ਸੀ, ਜਿਹਨੂੰ ਖਾਰੇ ਚੜ੍ਹਨ ਦੀ ਰਸਮ ਵੀ ਕਿਹਾ ਜਾਂਦਾ ਹੈ। ਔਰ ਖਾਰੀ ਜਿਹੜਾ ਸ਼ਬਦ ਹੈ, ਇਸਨੂੰ ਖਾਣ ਜਾਂ ਪੀਣ ਵਾਲੀ ਵਸਤੂ ਦੇ ਵਿੱਚ ਲੂਣ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਉਹਦੇ ਲਈ ਵੀ ਖਾਰੀ ਸ਼ਬਦ ਦੀ ਜਿਹੜੀ ਵਰਤੋਂ ਹੈ ਕੀਤੀ ਜਾਂਦੀ ਹੈ, ਜਿਵੇਂ ਦਾਲ ਤਾਂ ਬਿਲਕੁਲ ਖਾਰੀ ਹੈ। ਸੋ ਇਹ ਹੈ ਜੀ ਖਾਰੀ ਦਾ ਮਤਲਬ। ਬਹੁਤ ਖੂਬ। ਸੋ ਮੈਨੂੰ ਵੈਸੇ ਪਹਿਲੀ ਵਾਰੀ ਪਤਾ ਲੱਗਿਆ ਵੀ ਖਾਰੀ ਜਿਹੜੀ ਆ ਇਹਨੂੰ ਟੋਕਰੀ ਨੂੰ ਜਿਹੜਾ ਤੁਸੀਂ ਕਿਹਾ ਵੀ ਕਾਨਿਆਂ ਦੀ ਟੋਕਰੀ ਤੇ ਜਾਂ ਫਿਰ ਖਜੂਰ ਦੇ ਪੱਤਿਆਂ ਦੀ, ਹੈ ਨਾ? ਹਾਂ, ਮੈਨੂੰ ਵੀ ਨਹੀਂ ਇਹਦਾ ਪਤਾ ਸੀਗਾ। ਮੈਂ ਇਹ ਵਾਲਾ ਸੁਣਿਆ ਸੀ ਖੱਡੀ ਵਾਲਾ ਗਿਆ ਜਾਂ ਕੁਛ ਇੱਦਾਂ ਕਹਿੰਦੇ ਹੁੰਦੇ ਸੀ ਪਿੰਡ 'ਚ, ਮੈਨੂੰ ਹੁਣ ਪ੍ਰੋਪਰ ਨਹੀਂ ਯਾਦ ਕਿਉਂਕਿ ਕਾਫੀ ਛੋਟੇ ਹੁੰਦੇ ਸੀ ਉਦੋਂ। ਪਰ ਆਹ ਵਾਲਾ ਵਰਡ ਨੈਵਰ ਐਵਰ ਮੈਂ ਕਦੇ ਨਹੀਂ ਸੁਣਿਆ ਹੈਗਾ। ਸੋ ਇੱਕ ਨਵਾਂ ਵਰਡ ਡਿਕਸ਼ਨਰੀ ਦੇ ਵਿੱਚ ਐਡ ਹੋ ਗਿਆ। ਬਹੁਤ ਸ਼ੁਕਰੀਆ, ਥੈਂਕ ਯੂ ਸੰਦੀਪ, ਤੁਸੀਂ ਬੜੇ ਨਵੇਂ ਨਵੇਂ ਸ਼ਬਦ ਸਾਡੇ ਵਾਸਤੇ ਲੈ ਕੇ ਆਉਂਦੇ ਹੋ। ਜੀ ਬਹੁਤ ਸ਼ੁਕਰੀਆ ਸਾਰਿਆਂ ਦਾ ਕਿ ਸਾਰੇ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਸਾਰੇ। ਔਰ ਸਾਡੀ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਸਾਰਿਆਂ ਕੋਲ ਜਵਾਬ ਹੋਵੇ, ਪਰ ਇਹ ਹੈ ਕਿ ਹਾਂਜੀ ਸਾਡੇ ਕੋਲ ਉਹ ਜਿਹੜੀ ਸਾਡੀ ਜਿਹੜੀ ਇਸ ਵੇਲੇ ਭਾਸ਼ਾ ਹੈ ਪੰਜਾਬੀ ਦੀ, ਉਹਦੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋ ਰਿਹਾ ਕਿ ਅਸੀਂ ਨਵੇਂ ਨਵੇਂ ਸ਼ਬਦ, ਬੇਸ਼ੱਕ ਇਹ ਪੁਰਾਣੇ ਨੇ ਪਰ ਸਾਡੇ ਲਈ ਕਈ ਵਾਰੀ ਨਵੇਂ ਹੋ ਜਾਂਦੇ ਹਨ ਕਿਉਂਕਿ ਅਸੀਂ ਪਹਿਲੀ ਵਾਰੀ ਸੁਣ ਰਹੇ ਹਾਂ। ਸੋ ਇਹ ਸਾਡੀ ਜਿਹੜੀ ਡਿਕਸ਼ਨਰੀ ਆ ਉਹਦੇ ਵਿੱਚ ਪੰਜਾਬੀ ਭਾਸ਼ਾ ਦਾ ਜਿਹੜਾ ਕੋਸ਼ ਹੈ ਉਹਦੇ ਵਿੱਚ ਹੋਰ ਵੀ ਵਾਧਾ ਹੋ ਰਿਹਾ। ਸੋ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਬਹੁਤ ਵਧੀਆ ਲੱਗਦਾ ਸਰ ਤੁਹਾਡੇ ਨਾਲ ਸਾਰਿਆਂ ਨਾਲ ਜੁੜ ਕੇ ਤੇ ਤੁਸੀਂ ਸਮਾਂ ਦਿੰਦੇ ਹੋ। ਔਰ ਰੰਗ ਪਰਦੇਸੀ ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹਿਣ ਸਾਡੇ ਤਮਾਮ ਸੁਣਨ ਵਾਲੇ, ਤੇ ਹੋਰ ਵੀ ਸਾਡਾ ਇਹ ਪ੍ਰੋਗਰਾਮ ਵਧੇ ਫੁੱਲੇ ਤੇ ਅਸੀਂ ਇਹੀ ਦੁਆ ਕਰਦੇ ਹਾਂ। ਤੇ ਨਾਲ ਹੀ ਅਸੀਂ ਗੁਜ਼ਾਰਿਸ਼ ਵੀ ਕਰਾਂਗੇ ਕਿ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਪੋਂਸਰ ਵੀ ਕੀਤਾ ਜਾਵੇ ਤੇ ਹੋਰ ਵੀ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਨੇ ਉਹ ਸਪੋਰਟ ਜ਼ਰੂਰ ਕਰਨ, ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੰਦੀਪ, ਕੱਲ ਨੂੰ ਫੇਰ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ। ਸਾਡੇ ਵੱਲੋਂ ਗੁੱਡ ਨਾਈਟ। ਗੁੱਡ ਨਾਈਟ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।